ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪੀਜੀ ਦੇ ਵਿੱਚ ਵੱਡਾ ਕਾਂਡ ਵਾਪਰਿਆ ਪੀਜੀ ਦੇ ਬਾਥਰੂਮ ਦੇ ਵਿੱਚ ਗੁਪਤ ਕੈਮਰਾ ਲਗਾਇਆ ਗਿਆ ਸੀ ਅਸ਼ਲੀਲ ਵੀਡੀਓ ਬਣਾਉਣ ਦੀ ਪਲੈਨਿੰਗ ਸੀ ਤਾਂ ਇੱਕ ਲੜਕੀ ਜਿਹੜੀ ਐ ਪੁਲਿਸ ਦੇ ਕੋਲ ਪਹੁੰਚਦੀ ਹੈ ਉਸਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਜਿਹੜੀ ਐ ਪੀਜੀ ਦੇ ਵਿੱਚ ਪਹੁੰਚਦੀ ਹੈ ਤੇ ਗੁਪਤ ਕੈਮਰੇ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ पीजी ਦੇ ਵਿੱਚ ਰਹਿਣ ਵਾਲੀ ਕੁੜੀ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ BF ਨਾਲ ਮਿਲ ਕੇ ਇਹ ਪਲਾਨ ਕੀਤਾ ਸੀ ਗੁਪਤ ਕੈਮਰਾ ਜਿਹੜਾ ਬਾਥਰੂਮ ਦੇ ਵਿੱਚ ਲਗਾਇਆ ਗਿਆ ਸੀ ਚੰਡੀਗੜ੍ਹ ਦੇ पीजी ਦੇ ਵਿੱਚ MMS ਬਣਾਉਣ ਦਾ ਇਹ ਕਾਂਡ ਸਾਹਮਣੇ ਆਇਆ ਸੋ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਲੜਕੀ ਅਤੇ ਉਸਦੇ BF ਤੇ ਇੱਕ ਗੁਪਤ ਕੈਮਰਾ ਬਾਥਰੂਮ ਦੇ ਵਿੱਚ ਲਗਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਬਾਥਰੂਮ ਦੇ ਵਿੱਚ ਗੀਜਰ ਤੇ ਇਹ ਗੁਪਤ ਕੈਮਰਾ ਜਿਹੜਾ ਅਸ਼ਲੀਲ ਵੀਡੀਓ ਬਣਾਉਣ ਦੇ ਲਈ ਲਗਾਇਆ ਗਿਆ ਸੀ ਜੋ ਕਿ ਬੇहद ਹੀ ਸ਼ਰਮਨਾਕ ਗੱਲ ਹੈ ਸੁਣਮੇ ਤਾਂ ताजी ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਪੀਜੀ ਦੇ ਵਿੱਚ ਵੱਡਾ ਕਾਂਡ ਵਾਪਰਿਆ ਪੀਜੀ ਦੇ ਬਾਥਰੂਮ ਦੇ ਵਿੱਚ ਗੁਪਤ ਕੈਮਰਾ ਲਗਾਇਆ ਗਿਆ ਸੀ ਅਸ਼ਲੀਲ ਵੀਡੀਓ ਬਣਾਉਣ ਦੀ ਪਲੈਨਿੰਗ ਸੀ ਤਾਂ ਇੱਕ ਲੜਕੀ ਜਿਹੜੀ ਐ ਪੁਲਿਸ ਦੇ ਕੋਲ ਪਹੁੰਚਦੀ ਹੈ ਉਸਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਜਿਹੜੀ ਐ ਪੀਜੀ ਦੇ ਵਿੱਚ ਪਹੁੰਚਦੀ ਹੈ ਤੇ ਗੁਪਤ ਕੈਮਰੇ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ पीजी ਦੇ ਵਿੱਚ ਰਹਿਣ ਵਾਲੀ ਕੁੜੀ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ ਬੀਐਫ ਨਾਲ ਮਿਲ ਕੇ ਇਹ ਪਲਾਨ ਕੀਤਾ ਸੀ ਗੁਪਤ ਕੈਮਰਾ ਜਿਹੜਾ ਬਾਥਰੂਮ ਦੇ ਵਿੱਚ ਲਗਾਇਆ ਗਿਆ ਸੀ ਤਾਂ ਚੰਡੀਗੜ੍ਹ ਦੇ ਪੀਜੀ ਦੇ ਵਿੱਚ ਐਮਐਮਐਸ ਬਣਾਉਣ ਦਾ ਇਹ ਕਾਂਡ ਸਾਹਮਣੇ ਆਇਆ ਸੋ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਲੜਕੀ ਅਤੇ ਉਸਦੇ ਬੀਐਫ ਤੇ ਇੱਕ ਗੁਪਤ ਕੈਮਰਾ ਬਾਥਰੂਮ ਦੇ ਵਿੱਚ ਲਗਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆਤਾ ਬਾਥਰੂਮ ਦੇ ਵਿੱਚ ਗੀਜਰ ਤੇ ਇਹ ਗੁਪਤ ਕੈਮਰਾ ਜਿਹੜਾ ਅਸ਼ਲੀਲ ਵੀਡੀਓ ਬਣਾਉਣ ਦੇ ਲਈ ਲਗਾਇਆ ਗਿਆ ਸੀ ਜੋ ਕਿ ਬੇहद ਹੀ ਸ਼ਰਮਨਾਕ ਗੱਲ ਹੈ ਸੋ ਨਵੇਂ ਤੇ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਇਨਸ ਪੰਜਾਬ ਦੇ ਨਾਲ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪੀਜੀ ਦੇ ਵਿੱਚ ਵੱਡਾ ਕਾਂਡ ਵਾਪਰਿਆ ਪੀਜੀ ਦੇ ਬਾਥਰੂਮ ਦੇ ਵਿੱਚ ਗੁਪਤ ਕੈਮਰਾ ਲਗਾਇਆ ਗਿਆ ਸੀ ਸ਼ਲੀਲ ਵੀਡੀਓ ਬਣਾਉਣ ਦੀ ਪਲੈਨਿੰਗ ਸੀ ਤਾਂ ਇੱਕ ਲੜਕੀ ਜਿਹੜੀ ਹੈ ਪੁਲਿਸ ਦੇ ਕੋਲ ਪਹੁੰਚਦੀ ਹੈ ਉਸਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਪੀਜੀ ਦੇ ਵਿੱਚ ਪਹੁੰਚਦੀ ਹੈ ਤੇ ਗੁਪਤ ਕੈਮਰੇ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ पीजी ਦੇ ਵਿੱਚ ਰਹਿਣ ਵਾਲੀ ਕੁੜੀ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ ਬੀਐਫ ਨਾਲ ਮਿਲ ਕੇ ਇਹ ਪਲਾਨ ਕੀਤਾ ਸੀ ਗੁਪਤ ਕੈਮਰਾ ਜਿਹੜਾ ਬਾਥਰੂਮ ਦੇ ਵਿੱਚ ਲਗਾਇਆ ਗਿਆ ਸੀ ਤਾਂ ਚੰਡੀਗੜ੍ਹ ਦੇ ਪੀਜੀ ਦੇ ਵਿੱਚ ਐਮਐਮਐਸ ਬਣਾਉਣ ਦਾ ਇਹ ਕਾਂਡ ਸਾਹਮਣੇ ਆਇਆ ਸੋ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਲੜਕੀ ਅਤੇ ਉਸਦੇ ਬੀਐਫ ਤੇ ਇੱਕ ਗੁਪਤ ਕੈਮਰਾ ਬਾਥਰੂਮ ਦੇ ਵਿੱਚ ਲਗਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਬਾਥਰੂਮ ਦੇ ਵਿੱਚ ਗੀਜਰ ਤੇ ਇਹ ਗੁਪਤ ਕੈਮਰਾ ਜਿਹੜਾ ਅਸ਼ਲੀਲ ਵੀਡੀਓ ਬਣਾਉਣ ਦੇ ਲਈ ਲਗਾਇਆ ਗਿਆ ਸੀ ਜੋ ਕਿ ਬੇहद ਹੀ ਸ਼ਰਮਨਾਕ ਗੱਲ ਹੈ ਸੁਣਵੇਂ ਤਾਂ ਤਾਜ਼ੀ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪੀਜੀ ਦੇ ਵਿੱਚ ਵੱਡਾ ਕਾਂਡ ਵਾਪਰਿਆ ਪੀਜੀ ਦੇ ਬਾਥਰੂਮ ਦੇ ਵਿੱਚ ਗੁਪਤ ਕੈਮਰਾ ਲਗਾਇਆ ਗਿਆ ਸੀ ਅਸ਼ਲੀਲ ਵੀਡੀਓ ਬਣਾਉਣ ਦੀ ਪਲੈਨਿੰਗ ਸੀ ਤਾਂ ਇੱਕ ਲੜਕੀ ਜਿਹੜੀ ਐ ਪੁਲਿਸ ਦੇ ਕੋਲ ਪਹੁੰਚਦੀ ਹੈ ਉਸਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਪੁਲਿਸ ਜਿਹੜੀ ਐ ਪੀਜੀ ਦੇ ਵਿੱਚ ਪਹੁੰਚਦੀ ਹੈ ਤੇ ਗੁਪਤ ਕੈਮਰੇ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ पीजी ਦੇ ਵਿੱਚ ਰਹਿਣ ਵਾਲੀ ਕੁੜੀ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ BF ਨਾਲ ਮਿਲ ਕੇ ਇਹ ਪਲਾਨ ਕੀਤਾ ਸੀ ਗੁਪਤ ਕੈਮਰਾ ਜਿਹੜਾ ਬਾਥਰੂਮ ਦੇ ਵਿੱਚ ਲਗਾਇਆ ਗਿਆ ਸੀ ਤਾਂ ਚੰਡੀਗੜ੍ਹ ਦੇ पीजी ਦੇ ਵਿੱਚ MMS ਬਣਾਉਣ ਦਾ ਇਹ ਕਾਂਡ ਸਾਹਮਣੇ ਆਇਆ ਸੋ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਲੜਕੀ ਅਤੇ ਉਸਦੇ BF ਤੇ ਇੱਕ ਗੁਪਤ ਕੈਮਰਾ ਬਾਥਰੂਮ ਦੇ ਵਿੱਚ ਲਗਾਉਣ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਬਾਥਰੂਮ ਦੇ ਵਿੱਚ ਗੀਜਰ ਤੇ ਇਹ ਗੁਪਤ ਕੈਮਰਾ ਜਿਹੜਾ ਅਸ਼ਲੀਲ ਵੀਡੀਓ ਬਣਾਉਣ ਦੇ ਲਈ ਲਗਾਇਆ ਗਿਆ ਸੀ ਜੋ ਕਿ ਬੇहद ਹੀ ਸ਼ਰਮਨਾਕ ਗੱਲ ਹੈ ਸੁਣਮੇ ਤਾਂ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈਨਸ ਪੰਜਾਬ ਦੇ ਨਾਲ